ਇੱਕ ਸੁਮਿਸਰਾ ਕਹਿ ਰਹੇ ਹਾਂ ਕੀ ਅੰਤ ਬੇਅੰਤ ਦੀਆਂ ਕੁਦਰਤਾਂ ਦਾ ਮਲਟੀ ਕਲਰ ਦੁਨੀਆ ਮਲਟੀ ਸ਼ੇਡ ਬੰਦੇ ਕੀ ਅੰਤ ਬੇਅੰਤ ਦੀਆਂ ਕੁਦਰਤਾਂ ਦਾ ਮਲਟੀ ਕਲਰ ਦੁਨੀਆ ਮਲਟੀ ਸ਼ੇਡ ਬੰਦੇ ਕਈ ਜ਼ਿੰਦਗੀ ਨੂੰ ਜੰਗ ਸਮਝਦੇ ਨੇ ਕਈ ਸਮਝਦੇ ਇਸ ਨੂੰ ਖੇਡ ਬੰਦੇ ਕਈ ਜ਼ਿੰਦਗੀ ਨੂੰ ਜੰਗ ਸਮਝਦੇ ਨੇ ਕਈ ਸਮਝਦੇ ਇਸ ਨੂੰ ਖੇਡ ਬੰਦੇ ਕਈ ਜੰਮਦੇ ਸਿਲਵਰ ਸਪੂਨ ਲੈ ਕੇ ਤੇ ਕਈ ਮਿਡਲ ਕਲਾਸ ਲੋ ਪੇਡ ਬੰਦੇ ਵਿਰਲੇ ਵਿਰਲੇ ਪਰ ਹੁੰਦੇ ਨੇ ਵਰਲਡ ਦੇ ਵਿੱਚ ਸੈਲਫ ਮਾਈਂਡ ਬੰਦੇ ਸੈਲਫ ਮੇਡ ਬੰਦੇ ਵਿਰਲੇ ਵਿਰਲੇ ਪਰ ਹੁੰਦੇ ਨੇ ਵਰਲਡ ਦੇ ਵਿੱਚ ਸੈਲਫ ਮਾਈਂਡ ਬੰਦੇ ਸੈਲਫ ਮੇਡ ਬੰਦੇ ਇਹ ਅਸੀਂ ਉਹਨਾਂ ਵਿੱਚੋਂ ਇੱਕ ਹਾਂ ਜਾਚਕ ਸਾਹਿਬ ਜਿਨ੍ਹਾਂ ਨੇ ਇੱਥੇ ਤੱਕ ਇਹ ਜ਼ਿੰਦਗੀ ਦਾ ਸਫ਼ਰ ਪੜਾਅ ਪੂਰਾ ਕੀਤਾ ਧਨੀ ਕਲਮ ਦਾ ਅਤੇ ਕਿਸਮਤ ਦਾ ਧਨੀ ਜਾਚਕ ਪਾਲ ਜੀ ਧਨੀ ਕਲਮ ਦਾ ਕਿਸਮਤ ਦਾ ਧਨੀ ਜਾਚਕ ਮਿਹਨਤ ਕੀਤੀ ਅਤੇ ਨੌਕਰੀ ਪਾਈ ਸੋਹਣੀ ਬੀ ਏ ਡਬਲ ਐਮ ਏ ਉੱਤੋਂ ਪੀ ਐਚ ਡੀ ਪੜ੍ਹ ਪੜ੍ਹ ਕੇ ਪੜ੍ਹੀ ਪੜ੍ਹਾਈ ਸੋਹਣੀ ਬੀ ਏ ਡਬਲ ਐਮ ਏ ਉੱਤੋਂ ਪੀ ਐਚ ਡੀ ਅਤੇ ਪੜ੍ਹ ਪੜ੍ਹ ਕੇ ਪੜ੍ਹੀ ਪੜ੍ਹਾਈ ਸੋਹਣੀ ਇੱਕ ਕਲਰਕ ਤੋਂ ਨੌਕਰੀ ਸ਼ੁਰੂ ਕੀਤੀ ਡੀ ਪੀ ਡੀ ਓ ਦੀ ਪਦਵੀ ਪਾਈ ਸੋਹਣੀ ਹੋ ਗਏ ਸੇਵਾ ਦੇ ਸਾਲ ਜਦ ਅੱਠ ਸੱਠ ਪੂਰੇ ਸੇਵਾ ਮੁਕਤੀ ਅੱਜ ਇਹਨਾਂ ਦੀ ਆਈ ਸੋਹਣੀ ਹੋ ਗਏ ਸੇਵਾ ਦੇ ਸਾਲ ਅੱਜ ਸੱਠ ਪੂਰੇ ਸੇਵਾ ਮੁਕਤੀ ਅੱਜ ਇਹਨਾਂ ਦੀ ਆਈ ਸੋਹਣੀ ਇਸੇ ਦਫ਼ਤਰੋਂ ਫਾਰਗ ਅੱਜ ਹੋ ਰਹੇ ਨੇ ਜਿੱਥੇ ਪਾਈ ਹੈ ਮਾਣ ਵਡਿਆਈ ਸੋਹਣੀ ਪਿਆਰੇ ਬੱਚੇ ਵੀ ਆਏ ਨੇ ਲੈਣ ਇਸ ਨੂੰ ਤੇ ਆ ਰਹੀ ਹੈ ਸਾਡੀ ਭਰਜਾਈ ਸੋਹਣੀ ਪਿਆਰੇ ਬੱਚੇ ਅੱਜ ਆਏ ਨੇ ਲੈਣ ਇਸ ਨੂੰ ਆ ਰਹੀ ਹੈ ਸਾਡੀ ਭਰਜਾਈ ਸੋਹਣੀ ਮਿੱਠੇ ਬੋਲ ਤੇ ਪਿਆਰ ਦੇ ਨਾਲ ਇਹਨਾਂ ਹਰ ਇੱਕ ਦਿਲ ਵਿੱਚ ਜਗ੍ਹਾ ਬਣਾਈ ਸੋਹਣੀ ਪੂਰੇ ਮਾਨ ਸਨਮਾਨ ਦੇ ਨਾਲ ਤਾਈਓ ਦੇ ਰਹੇ ਹੋ ਤੁਸੀਂ ਵਧਾਈ ਸੋਹਣੀ ਪੂਰੇ ਮਾਨ ਸਨਮਾਨ ਦੇ ਨਾਲ ਤਾਈਓ ਤੁਹਾਡੇ ਲਈ ਸਟਾਫ ਮੈਂਬਰਾਂ ਦੀ ਗੱਲ ਕਰ ਰਿਹਾ ਅੱਜ ਦੇ ਰਹੇ ਹੋ ਤੁਸੀਂ ਵਧਾਈ ਸੋਹਣੀ ਤੋ ਰਚਨਾ ਦੇ ਕੁਝ ਅੰਸ਼ ਕਹਿ ਰਿਹਾ ਹਾਂ ਬੇਸ਼ੱਕ ਨਾਮ ਗੁਲਾਮੀ ਹੈ ਨੌਕਰੀ ਦਾ ਨੌਕਰ ਗੁਲਾਮ ਹੀ ਹੁੰਦਾ ਬੇਸ਼ੱਕ ਨਾਮ ਗੁਲਾਮੀ ਹੈ ਨੌਕਰੀ ਦਾ ਰੋਜ਼ੀ ਰੋਟੀ ਹੈ ਰੱਬ ਦੀ ਦਾਤ ਹੈ ਇਹ ਦਿਲੋਂ ਕੋਈ ਨਹੀਂ ਚਾਹੁੰਦਾ ਰਿਟਾਇਰ ਹੋਣਾ ਇਹੋ ਜਿਹੀ ਮਿੱਠੀ ਹਵਾਲਾਤ ਹੈ ਦਿਲੋਂ ਕੋਈ ਨਹੀਂ ਚਾਹੁੰਦਾ ਰਿਟਾਇਰ ਹੋਣਾ ਇਹੋ ਜਿਹੀ ਮਿੱਠੀ ਹਵਾਲਾਤ ਹੈ ਇਹ ਨਾਲ ਸਾਥੀਆਂ ਅਤੇ ਸਹਿਕਰਮੀਆਂ ਦੇ ਇੱਕ ਬੜੀ ਲੰਮੀ ਮੁਲਾਕਾਤ ਹੈ ਇਹ 35 ਸਾਲ ਹੋ ਗਏ ਸਰਵਿਸ ਵਿੱਚ ਆਇਆ ਇਹ ਜਾਪਦਾ ਕੱਲ ਦੀ ਬਾਤ ਹੈ 35 ਸਾਲ ਹੋ ਗਿਆ ਸਰਵਿਸ ਵਿੱਚ ਆਇਆ ਇਉਂ ਜਾਪਦਾ ਕੱਲ ਦੀ ਬਾਤ ਹੈ ਬੰਦਾ ਸੋਚਦਾ ਜੀਵਨ ਦੀ ਸ਼ਾਮ ਹੋ ਗਈ ਬੰਦਾ ਸੋਚਦਾ ਜੀਵਨ ਦੀ ਸ਼ਾਮ ਹੋ ਗਈ ਸ਼ਾਮ ਨਹੀਂ ਇੱਕ ਨਵੀਂ ਪ੍ਰਭਾਤ ਹੈ ਇਹ ਰਿਟਾਇਰਮੈਂਟ ਕੋਈ ਅੰਤ ਨਹੀਂ ਜ਼ਿੰਦਗੀ ਦਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ ਰਿਟਾਇਰਮੈਂਟ ਕੋਈ ਅੰਤ ਨਹੀਂ ਜ਼ਿੰਦਗੀ ਦਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ ਇਹ ਅਰਜ਼ ਕਰ ਰਹੇ ਹਾਂ ਰਿਟਾਇਰਮੈਂਟ ਨੂੰ ਮੰਜ਼ਿਲ ਨਾ ਸਮਝ ਲੈਣਾ ਇਹ ਤਾਂ ਇੱਕ ਪੜਾਅ ਹੈ ਜ਼ਿੰਦਗੀ ਦਾ ਵੀਰ ਗੁਰਮੀਤ ਸਿੰਘ ਜੀ ਪਿੰਕੀ ਜੀ ਜੇ ਪੀ ਸਿੰਘ ਜੀ ਪ੍ਰਤਾਪ ਸਿੰਘ ਜੀ ਇੱਕ ਫਿਲੋਸਫੀਕਲ ਬੰਦ ਕਹਿ ਰਿਹਾ ਹਾਂ ਜ਼ਿੰਦਗੀ ਦੀ ਫਿਲੋਸਫੀ ਬਾਰੇ ਕਿ ਰਿਟਾਇਰਮੈਂਟ ਨੂੰ ਮੰਜ਼ਿਲ ਨਾ ਸਮਝ ਲੈਣਾ ਇਹ ਤਾਂ ਇੱਕ ਪੜਾਅ ਹੈ ਜ਼ਿੰਦਗੀ ਦਾ ਹਰ ਹਾਲ ਵਿੱਚ ਚਾਹੀਦਾ ਖੁਸ਼ ਰਹਿਣਾ ਦੁਸ਼ਮਣ ਵੱਡਾ ਤਣਾਅ ਹੈ ਜ਼ਿੰਦਗੀ ਦਾ ਹਰ ਹਾਲ ਵਿੱਚ ਚਾਹੀਦਾ ਖੁਸ਼ ਰਹਿਣਾ ਦੁਸ਼ਮਣ ਵੱਡਾ ਤਣਾਅ ਹੈ ਜ਼ਿੰਦਗੀ ਦਾ ਨਵੀਂ ਪ੍ਰੇਰਣਾ ਨਵਾਂ ਉਤਸ਼ਾਹ ਭਰਦਾ ਨਵੀਂ ਪ੍ਰੇਰਣਾ ਨਵਾਂ ਉਤਸ਼ਾਹ ਭਰਦਾ ਹਰ ਉਤਰਾ ਚੜ੍ਹਾਅ ਹੈ ਜ਼ਿੰਦਗੀ ਦਾ ਖੁਸ਼ੀ ਗਮੀ ਵਿਛੋੜਾ ਮਿਲਾਪ ਦੁੱਖ ਸੁੱਖ ਇਹ ਤਾਂ ਨੂਰ ਸੁਭਾਅ ਹੈ ਜ਼ਿੰਦਗੀ ਦਾ ਮਿਹਰਬਾਨ ਹਰ ਹਾਲ ਵਿੱਚ ਚਾਹੀਦਾ ਖੁਸ਼ ਰਹਿਣਾ ਦੁਸ਼ਮਣ ਵੱਡਾ ਤਣਾਅ ਹੈ ਜ਼ਿੰਦਗੀ ਦਾ ਨਵੀਂ ਪ੍ਰੇਰਣਾ ਨਵਾਂ ਉਤਸ਼ਾਹ ਭਰਦਾ ਹਰ ਉਤਰਾ ਚੜ੍ਹਾਅ ਹੈ ਜ਼ਿੰਦਗੀ ਦਾ ਖੁਸ਼ੀ ਗਮੀ ਵਿਛੋੜਾ ਮਿਲਾਪ ਦੁੱਖ ਸੁੱਖ
ਇਹ ਤਾਂ ਨੂਰ ਸੁਭਾਅ ਹੈ ਜ਼ਿੰਦਗੀ ਦਾ। ਦੋ ਲਾਈਨਾਂ ਦੇਖਿਓ ਜ਼ਰਾ ਜੱਜ ਸਾਹਿਬ, ਤੁਹਾਡੇ ਲਈ ਵਿਸ਼ੇਸ਼ ਤੌਰ 'ਤੇ ਦੋ ਲਾਈਨਾਂ ਕਹਿ ਰਿਹਾ ਕਿ ਕੈਦੀ ਕੋਈ ਜਦ ਕੈਦ 'ਚੋਂ ਛੁੱਟਦਾ ਹੈ, ਕੈਦੀ ਕੋਈ, ਉੱਥੇ ਗੱਲ ਹੋ ਰਹੀ ਸੀ ਵੀ ਬਾ ਇੱਜ਼ਤ ਰਿਹਾ ਹੋਣਾ ਜਾਂ ਬਾ ਇੱਜ਼ਤ ਫਰੀ ਹੋਣਾ ਅਤੇ ਬਾ ਇੱਜ਼ਤ ਰਿਟਾਇਰ ਹੋਣਾ, ਇਹ ਬਹੁਤ ਵੱਡੀ ਗੱਲ ਹੈ ਔਰ ਬਰਾਬਰ ਹੈ। ਅਰਜ਼ ਕਰ ਰਿਹਾ ਪਾਲ ਸਾਹਿਬ, ਦੇਖਿਓ ਕੈਦੀ ਕੋਈ ਜਦ ਕੈਦ 'ਚੋਂ ਛੁੱਟਦਾ ਹੈ, ਜਿੰਨੀ ਉਸ ਆਜ਼ਾਦੀ ਦੀ ਖੁਸ਼ੀ ਹੁੰਦੀ, ਰਿਟਾਇਰਮੈਂਟ ਦਾ ਵੀ ਉਹਨਾਂ ਚਾਅ ਹੁੰਦਾ ਜਿੰਨਾ ਮੁੰਡੇ ਦੀ ਸ਼ਾਦੀ ਦੀ ਖੁਸ਼ੀ ਹੁੰਦੀ। ਕਿਉਂ ਪਿੰਕੀ ਜੀ? ਠੀਕ ਹੈ। ਰਿਟਾਇਰਮੈਂਟ ਦਾ ਵੀ ਉਹਨਾਂ ਚਾਅ ਹੁੰਦਾ ਜਿੰਨਾ ਮੁੰਡੇ ਦੀ ਸ਼ਾਦੀ ਦੀ ਖੁਸ਼ੀ ਹੁੰਦੀ। 25 ਸਾਲ ਦਾ ਨੌਕਰੀ ਵਿੱਚ ਆਇਆ ਅਤੇ 60 ਸਾਲ ਵਿੱਚ ਹੋਇਆ ਰਿਟਾਇਰ ਹੈ। ਇਹ 25 ਸਾਲ ਦਾ ਨੌਕਰੀ ਵਿੱਚ ਆਇਆ, 60 ਸਾਲ ਵਿੱਚ ਹੋਇਆ ਰਿਟਾਇਰ ਹੈ। ਇਹ ਬਚਪਨ ਅਤੇ ਜਵਾਨੀ ਦੋ ਪੈਰ ਬੀਤੇ, ਲਗਭਗ ਉਮਰ ਦਾ ਤੀਸਰਾ ਪੈਰ ਹੈ ਇਹ। ਮਰਸੀ ਹੋ ਗਿਆ ਸਮਾਂ ਜੋ ਜ਼ਿੰਦਗੀ ਚੋਂ, ਇੱਕ ਪੈਰ ਨਾ ਪਰਤਦਾ ਪੈਰ ਹੈ ਇਹ। ਸ਼ਾਮ ਹੋਣ ਨੂੰ ਆਈ ਹੈ ਜ਼ਿੰਦਗੀ ਦੀ, ਬੰਦਾ ਸਮਝਦਾ ਅਜੇ ਦੁਪਹਿਰ ਹੈ। ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਜਾਜਕ ਸਾਹਿਬ ਦੀ, ਖਾਸ ਤੌਰ 'ਤੇ ਵੀ ਸ਼ਾਮ ਹੋਣ ਨੂੰ ਆਈ ਹੈ ਜ਼ਿੰਦਗੀ ਦੀ, ਜਾਜਕ ਸਮਝਦਾ ਅਜੇ ਦੁਪਹਿਰ ਹੈ ਇਹ। ਕੇਵਲ ਇੱਕ ਦੋ ਬੰਦ ਲਾਸਟ ਹੋਰ, ਬਾਕੀ ਮੈਂ ਛੱਡ ਦਿੱਤੇ ਨੇ ਵਿੱਚੋਂ। ਪੈਦਾ ਹੋ ਕੇ ਛੋਟੇ ਜਿਹੇ ਸ਼ਹਿਰ ਅੰਦਰ ਅਤੇ ਵੱਡੇ ਸ਼ਹਿਰ ਵਿੱਚ ਘਰ ਬਣਾ ਲਿਆ ਜਾਜਕ ਸਾਹਿਬ ਨੇ। ਪੈਦਾ ਹੋ ਕੇ ਛੋਟੇ ਜਿਹੇ ਪਿੰਡ ਅੰਦਰ ਵੱਡੇ ਸ਼ਹਿਰ ਵਿੱਚ ਘਰ ਬਣਾ ਲਿਆ ਹੈ। ਬਿਰਲਾ ਕੋਈ ਕਮਾਉਂਦਾ ਹੈ ਨਾਮ ਏਦਾਂ ਜਿੰਨਾ ਇਹਨਾਂ ਨੇ ਨਾਮ ਕਮਾ ਲਿਆ ਹੈ। ਪਾਲ ਜੀ, ਮੀਲ ਮੀਲ ਤੇ ਗੱਡ ਕੇ ਮੀਲ ਪੱਥਰ, ਮੁਸ਼ਕਿਲ ਮੰਜ਼ਰਾਂ ਨੂੰ ਇਹਨਾਂ ਪਾ ਲਿਆ। ਮੀਲ ਮੀਲ ਤੇ ਗੱਡ ਕੇ ਮੀਲ ਪੱਥਰ, ਮੁਸ਼ਕਿਲ ਮੰਜ਼ਲਾਂ ਨੂੰ ਇਹਨਾਂ ਪਾ ਲਿਆ ਹੈ। ਤੇ ਅਫਸਰ ਜਿਹੜੇ ਰਿਟਾਇਰ ਬੇਦਾਗ ਹੁੰਦੇ ਉਹਨਾਂ ਵਿੱਚ ਅੱਜ ਨਾਮ ਲਿਖਵਾ ਲਿਆ। ਜਿਹੜੇ ਬੇਦਾਗ ਰਿਟਾਇਰ ਹੁੰਦੇ ਉਹਨਾਂ ਵਿੱਚ ਅੱਜ ਨਾਮ ਲਿਖਵਾ ਲਿਆ ਹੈ। ਪਰੇਸ਼ਾਨੀ ਹੈ ਕਦੇ ਵੀ ਆ ਜਾਂਦੀ, ਸਾਰੀ ਬਣੀ ਬਣਾਈ ਹੈ ਖੋ ਸਕਦੀ, ਸੁਖੀ ਸਾਂਦੀ ਜੋ ਜਾਵੇ ਰਿਟਾਇਰ ਹੋ ਕੇ, ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਰਾਜੀ ਖੁਸ਼ੀ ਜੋ ਜਾਵੇ ਰਿਟਾਇਰ ਹੋ ਕੇ, ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਲਾਸਟ ਬੰਦ ਕਹਿ ਰਹੇ ਹਾਂ ਸਤਸੰਗ ਜੀ, ਉਹ ਲਾਸਟ ਬਟਨ ਆਊਟ ਦੀ ਬੀਸ, ਇਹ ਜਿੰਨਾ ਸਟਾਫ ਬੈਠਾ ਸਰਦਾਰ ਹਰੀ ਸਿੰਘ DPDO ਦਾ, ਉਹ ਬੇਸ਼ੱਕ ਰਿਟਾਇਰ ਹੋ ਕੇ ਪਰ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ, ਤੁਹਾਡੇ ਵੱਲੋਂ ਮੈਂ ਸੰਬੋਧਨ ਹੋ ਰਿਹਾ ਹਰੀ ਸਿੰਘ ਜੀ ਨੂੰ, ਸਾਰੇ ਸਟਾਫ ਵੱਲੋਂ। ਜਾ ਰਹੇ ਹੋ ਬੇਸ਼ੱਕ ਰਿਟਾਇਰ ਹੋ ਕੇ ਪਰ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ, ਖੱਟੀਆਂ ਮਿੱਠੀਆਂ ਇੱਥੇ ਹੀ ਛੱਡ ਜਾਇਓ, ਐਸਾ ਕੁਝ ਵੀ ਨਾ ਆਪਣੇ ਨਾਲ ਰੱਖਣਾ। ਜੇ ਲਿਜਾਣਾ ਹੈ ਲੈ ਜਾਓ ਪਿਆਰ ਸਾਡਾ, ਜੇ ਲਿਜਾਣਾ ਹੈ ਲੈ ਜਾਓ ਪਿਆਰ ਸਾਡਾ, ਤੇ ਆਪਣੇ ਦਿਲ ਵਿੱਚ ਇਹਨੂੰ ਸੰਭਾਲ ਰੱਖਣਾ। ਸਾਡੀ ਸਭ ਦੀ ਇਹੋ ਸ਼ੁਭ ਕਾਮਨਾ ਹੈ, ਜੀਵਨ ਆਪਣਾ ਸਦਾ ਖੁਸ਼ਹਾਲ ਰੱਖਣਾ। ਮਿਹਰਬਾਨੀ, ਮੈਨੂੰ ਸਮਝ ਲੱਗ ਗਈ ਵੀ ਤੁਸੀਂ ਬੜੇ ਧਿਆਨ ਨਾਲ ਸੁਣ ਰਹੇ। ਖੱਟੀਆਂ ਮਿੱਠੀਆਂ ਇੱਥੇ ਹੀ ਛੱਡ ਜਾਇਓ, ਐਸਾ ਕੁਝ ਵੀ ਨਾ ਆਪਣੇ ਨਾਲ ਰੱਖਣਾ। ਜੇ ਲਿਜਾਣਾ ਹੈ ਲੈ ਜਾਓ ਪਿਆਰ ਸਾਡਾ, ਆਪਣੇ ਦਿਲ ਵਿੱਚ ਇਹਨੂੰ ਸੰਭਾਲ ਰੱਖਣਾ। ਸਾਡੀ ਸਭ ਦੀ ਇਹੋ ਸ਼ੁਭ ਕਾਮਨਾ ਹੈ, ਜੀਵਨ ਆਪਣਾ ਸਦਾ ਖੁਸ਼ਹਾਲ ਰੱਖਣਾ। ਆਖਰੀ ਲਾਈਨਾਂ, ਸੂਰੇ ਭੱਜਦੇ ਨਹੀਂ ਮੈਦਾਨ ਛੱਡ ਕੇ। ਪਾਲ ਜੀ, ਸੂਰੇ ਭੱਜਦੇ ਨਹੀਂ ਮੈਦਾਨ ਛੱਡ ਕੇ, ਜਿਹੜੇ ਭੱਜ ਜਾਂਦੇ ਉਹ ਤਾਂ ਕਾਇਰ ਹੁੰਦੇ। ਨੂਰ ਕੰਮ ਨੂੰ ਜੋ ਜੀਵਨ ਸਮਝਦੇ ਨੇ ਉਹ ਜੀਵਨ ਭਰ ਨਹੀਂ ਕਦੇ ਰਿਟਾਇਰ ਹੁੰਦੇ। ਨੂਰ ਕੰਮ ਨੂੰ ਜੋ ਜੀਵਨ ਸਮਝਦੇ ਨੇ